ਰਾਜਪਾਲ ਨੇ ਹੁਸ਼ਿਆਰਪੁਰ, ਸੋਨੀ ਨੇ ਲੁਧਿਆਣਾ ਤੇ ਕਾਂਗੜ ਨੇ ਬਠਿੰਡਾ ਵਿੱਚ ਲਹਿਰਾਇਆ ਤਿਰੰਗਾ। 70ਵੇਂ ਗਣਤੰਤਰ ਦਿਵਸ ਮੌਕੇ ਪੰਜਾਬ ਦੇ ਰਾਜਪਾਲ ਵੀਪੀ ਬਦਨੌਰ ਹੁਸ਼ਿਆਰਪੁਰ ਵਿੱਚ ਮੁੱਖ ਮਹਿਮਾਨ ਦੇ ਰੂਪ ਵਿੱਚ ਪੁੱਜੇ ਅਤੇ ਉਹਨਾਂ ਨੇ ਹੁਸ਼ਿਆਰਪੁਰ ਪੁਲਿਸ ਲਾਈਨ 'ਚ ਤਿਰੰਗੇ ਝੰਡੇ ਨੂੰ ਲਹਿਰਾਇਆ। ਇਸ ਮੌਕੇ ਉਹਨਾਂ ਨਾਲ ਪੰਜਾਬ ਦੇ DGP ਸੁਰੇਸ਼ ਅਰੋੜਾ ਮੌਜੂਦ ਸਨ ਤੇ ਪਰੇਡ ਕੋਲੋਂ ਸਲਾਮੀ ਲਈ ਗਈ। ਹੁਸ਼ਿਆਰਪੁਰ ਤੋਂ ਅਜੀਤ ਵੈਬ TV ਲਈ ਹਰਜਾਪ ਸਿੰਘ ਦੀ ਰਿਪੋਰਟ। ਪੰਜਾਬ ਦੇ ਸਿੱਖਿਆ ਮੰਤਰੀ OP ਸੋਨੀ ਨੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਗਣਤੰਤਰ ਦਿਵਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਲੋੜਵੰਦਾਂ ਨੂੰ ਜ਼ਰੂਰੀ ਵਸਤੂਆਂ ਸਮੇਤ ਸਕੂਲੀ ਬੱਚਿਆਂ ਨੂੰ 50 ਸਾਈਕਲ ਭੇਂਟ ਕੀਤੇ ਗਏ। ਲੁਧਿਆਣਾ ਤੋਂ ਅਜੀਤ ਵੈਬ TV ਲਈ ਰੁਪੇਸ਼ ਦੀ ਰਿਪੋਰਟ। ਬਠਿੰਡਾ ਵਿੱਚ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਆਪਣੇ ਸੰਬੋਧਨ ਵਿੱਚ ਕੈਪਟਨ ਸਰਕਾਰ ਦੇ 2 ਸਾਲਾਂ ਦੀਆਂ ਉਪਲਬਧੀਆਂ ਨੂੰ ਗਣਵਾਇਆ।